ਸਰ ਪ੍ਰਸ਼ਨ ਨੰਬਰ 963 ਕੀ ਸਕੂਲ ਸਿੱਖਿਆ ਮੰਤਰੀ ਜੀ ਕਿਰਪਾ ਕਰਕੇ ਦੱਸਣਗੇ ਕਿ ਹਲਕਾ ਚੱਬੇਵਾਲ ਵਿੱਚ ਮੌਜੂਦਾ ਸਮੇਂ ਵਿੱਚ ਪ੍ਰਾਇਮਰੀ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਮੁੱਖ ਅਧਿਆਪਕਾਂ ਅਧਿਆਪਕਾਂ ਅਤੇ ਲੈਕਚਰਾਰਾਂ ਦੇ ਸ਼੍ਰੇਣੀਵਾਰ ਵੇਰਵੇ ਕੀ ਹਨ ਅਤੇ ਖਾਲੀ ਪਈਆਂ ਅਸਾਮੀਆਂ ਭਰਨ ਸੰਬੰਧੀ ਸਰਕਾਰ ਦੁਆਰਾ ਕੀ ਕਦਮ ਚੁੱਕੇ ਗਏ ਹਨ ਜਾਂ ਚੁੱਕੇ ਜਾ ਰਹੇ ਹਨ ਵੇਰਵੇ ਸਾਹਿਤ ਦੱਸਿਆ ਜਾਵੇ। ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨਾਲੇ ਵੀ ਦੱਸ ਦਿਓ ਦੋ ਜਿੱਥੇ ਅਧਿਆਪਕ ਆ ਤਿੰਨ ਕਦੋਂ ਹੋਣਗੇ। ਜੀ ਸਰ ਜੀ ਮਾਨਯੋਗ ਸਪੀਕਰ ਸਾਹਿਬ ਹਰੀ ਹਾਂ ਉਹ ਸਪਲੀਮੈਂਟਰੀ ਪੁੱਛ ਲੈਂਦੇ ਜੀ ਤੁਹਾਨੂੰ ਤੁਹਾਨੂੰ ਜਵਾਬ ਮਿਲ ਗਿਆ ਜੀ ਜਵਾਬ ਆ ਗਿਆ ਨਾ ਕੋਲ ਜੀ ਹਾਂਜੀ ਪੁੱਛੋ ਜੀ ਡਾਕਟਰ ਰਾਜਪਾਲ ਸਪੀਕਰ ਸਾਹਿਬ ਮੈਂ ਆਪ ਜੀ ਰਾਹੀਂ ਸਿੱਖਿਆ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਰਕਾਰ ਦਾ ਮੁੱਖ ਏਜੰਡਾ ਸੀ ਕਿ ਐਜੂਕੇਸ਼ਨ ਨੂੰ ਬਿਹਤਰ ਤੋਂ ਬਿਹਤਰੀਨ ਕਰਨਾ ਅਤਿ ਉੱਤਮ ਕਰਨਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ 2 ਸਾਲ ਹੋ ਗਏ ਆ ਅਤੇ ਡਿਪਟੀ ਸਪੀਕਰ ਸਾਹਿਬ ਦਾ ਹਲਕਾ ਵੀ ਮੇਰੇ ਨਾਲ ਹੀ ਲੱਗਦਾ ਸਾਡਾ ਦੋਨਾਂ ਦਾ ਅਡਜੁਆਇਨਿੰਗ ਹਲਕਾ ਹੈ ਸਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਜੇਕਰ ਮੈਂ ਸਿਰਫ 2 ਬਲਾਕਾਂ ਦੀ ਗੱਲ ਕਰਾਂ ਕੁਐਸਚਨ ਸਰ ਪੁੱਛਦਾ ਮੈਂ ਅਤੇ 2 ਬਲਾਕਾਂ ਦੀ ਗੱਲ ਕਰਾਂ ਕੋਟ ਫਤੂਈ ਅਤੇ ਮਾਲਪੁਰ ਸਰ ਉੱਥੇ ਘੱਟ ਤੋਂ ਘੱਟ 26 ਸਕੂਲ ਟੀਚਰਲੈਸ ਨੇ ਔਰ 39 ਸਕੂਲ ਜਿਹੜੇ ਸਾਡੇ 4 ਬਲਾਕ ਨੇ 39 ਸਕੂਲ ਜਿਹੜੇ ਸਰ ਉਹ ਸਿੰਗਲ ਟੀਚਰ ਨੇ ਅਤੇ ਮੈਂ ਮੰਤਰੀ ਸਾਹਿਬ ਨੂੰ ਆਪ ਜੀ ਰਾਹੀਂ ਬੇਨਤੀ ਕਰਨੀ ਚਾਹੁੰਦਾ ਵੀ ਕਿਰਪਾ ਕਰਕੇ ਇਸ ਦੇ ਲਈ ਕੀ ਉਪਰਾਲੇ ਤੁਸੀਂ ਕਰ ਸਕਦੇ ਹੋ 2 ਸਾਲ 'ਚ ਤਾਂ ਹੋਇਆ ਕੁਛ ਨਹੀਂ ਅਤੇ ਕਿਹੜੀ ਪਾਲਿਸੀ ਜਿਹੜੀ ਹੈ ਉਹ ਤੁਸੀਂ ਬਣਾਓਗੇ ਕਿ ਸਾਡੇ ਇਹ ਜਿਹੜੇ ਬਲੋਕਸ ਨੇ ਇਹਨਾਂ ਬਲੋਕਸ ਦੇ ਵਿੱਚ ਜਿਹੜੇ ਟੀਚਰ ਹੈ ਉਹ ਰਹਿ ਸਕਣ ਉਹ ਕੰਮ ਕਰ ਸਕਣ। ਮਾਨਯੋਗ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਮਾਨਯੋਗ ਮੈਂਬਰ ਸਾਹਿਬ ਨੂੰ ਕਿ ਚਲੋ ਇਹ ਸਾਡੀ ਸਰਕਾਰ ਤੋਂ ਉਮੀਦ ਵੀ ਰੱਖਦੇ ਨੇ ਕਿਉਂਕਿ ਅਗਰ ਇਹ ਪਹਿਲਾਂ ਪ੍ਰਯਾਸ ਕੀਤੇ ਹੁੰਦੇ ਤਾਂ ਅੱਜ ਹਲਕਾ ਚੱਬੇਵਾਲ ਦਾ ਜੋ ਡਾਟਾ ਜੀ ਮੈਂ ਰਿਸਰਚ ਕਰਵਾਇਆ ਸਰ ਦੇ ਵਰ ਲੈਸ ਦੈਨ 50% 50% ਤੋਂ ਘੱਟ ਟੀਚਰ ਸੀ ਜੀ ਬਿਫੋਰ 2022 ਸਰ ਅੱਜ ਉਹ ਅੰਕੜਾ ਸਰ 70% ਪਲੱਸ ਹੋ ਗਿਆ ਸਰ ਇੱਕਦਮ ਇਹ ਬਹੁਤ ਵਧਾਈ ਤੁਹਾਨੂੰ ਸਰ ਇਹ ਹਜ਼ਾਰਾਂ ਦੀ ਗਿਣਤੀਆਂ ਦੀ ਭਰਤੀਆਂ ਨੇ ਸਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਸ਼ੂ ਆ ਜਾਂਦੇ ਆ ਮੈਂ ਕੱਲ ਵੀ ਹਾਊਸ ਨੂੰ ਦੱਸਿਆ ਕਿ ਇਸ ਵਕਤ 2 ਭਰਤੀਆਂ ਜੀ 2364 2364 ਪਿਛਲੀ ਸਰਕਾਰ ਦੀ ਭਰਤੀ ਆ ਸਰ ਡੈਡ ਪਈ ਸੀ ਅਸੀਂ ਡਬਲ ਬੈਂਚ ਤੋਂ ਬਹਾਲ ਕਰਾ ਕੇ ਲੈ ਕੇ ਆਏ ਹਾਂ ਉਹਦੇ ਆਰਡਰ ਦੇ ਲੈ ਕੇ ਜਾ ਰਹੇ ਇੱਦਾਂ ਹੀ ਸਰ 5994 ਐਗਜ਼ਾਮ ਹੋ ਚੁੱਕਿਆ ਰਿਜ਼ਲਟ ਬਣ ਚੁੱਕਿਆ ਸਰ ਸਿਰਫ ਕੁਛ ਕਲੈਰੀਫਿਕੇਸ਼ਨਸ ਕਰਕੇ ਉਹ ਨੈਕਸਟ 4 ਅਪ੍ਰੈਲ ਵਿੱਚ ਤਰੀਕ ਪਈ ਹੈ ਹੋਪਫੁਲੀ ਉਹ ਵੀ ਆ ਜਾਣਗੇ ਤਾਂ ਇਹ ਸਾਰੇ ਮੈਕਸੀਮਮ ਸਰ ਡਿਪਟੀ ਮਾਨਯੋਗ ਡਿਪਟੀ ਸਪੀਕਰ ਸਾਹਿਬ ਬੈਠੇ ਨੇ ਇਹ ਵੀ ਇਸ ਗੱਲ ਦਾ ਹਾਮੀ ਭਰਨਗੇ ਅਸੀਂ ਸਰ ਮੈਕਸੀਮਮ ਟੀਚਰਸ ਇਸ ਕੰਢੀ ਇਲਾਕੇ ਦੇ ਵਿੱਚ ਭੇਜ ਰਹੇ ਹਾਂ 61 ਪੋਸਟਾਂ ਦੇ ਵਿੱਚੋਂ ਵੀ ਜੀ 22 ਟੀਚਰਸ ਚੱਬੇਵਾਲ ਗਏ ਨੇ ਜੀ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੂੰਗਾ ਮਾਨਯੋਗ ਵਿਧਾਇਕ ਸਾਹਿਬ ਦੇ ਹਲਕੇ 'ਚ ਅਗਰ ਇਹਦੀ ਡਿਟੇਲ ਲੈਣੀ ਆ ਇੱਕ ਇੱਕ ਸਕੂਲ ਦੀ ਡਿਟੇਲ ਹੈ 13 ਕਰੋੜ 56 ਲੱਖ ਰੁਪਇਆ ਜਿਸ 'ਚੋਂ ਸਿਰਫ 2.5 ਕਰੋੜ ਸਿਰਫ ਬਾਉਂਡਰੀ ਵਾਲਾਂ ਦਾ 4 ਦੀਵਾਰੀਆਂ ਦਾ ਜੀ 4 ਦੀਵਾਰੀਆਂ ਨਹੀਂ ਸੀ ਉਹ ਵੀ ਜੀ ਪਹੁੰਚਿਆ ਬਹੁਤ ਜਲਦ ਸਰ ਮੈਂ 3 ਸਰ ਪ੍ਰਮੋਸ਼ਨ 1 ਸੈਕਿੰਡ ਮਾਨਯੋਗ ਉਹਨਾਂ ਨੂੰ ਬੋਲ ਲੈਣ ਦੇ ਮੰਤਰੀ ਜੀ ਤੁਹਾਡਾ ਹੀ ਜਵਾਬ ਦੇ ਰਹੇ ਸੀ ਵੇਰਵੇ ਸਹਿਤ ਮੰਗਿਆ ਤਾਂ ਮੈਂ ਵੇਰਵਾ ਤਾਂ ਸੁਣ ਲਓ ਉੱਤਰ ਲੈ ਲਓ ਮੁੜ ਕੇ ਬੋਲ ਲਿਓ ਨਹੀਂ ਇਹ ਵੀ 4 ਦੀਵਾਰੀ ਨਹੀਂ ਚਾਹੀਦੀ 4 ਦੀਵਾਰੀ ਉਹ ਤੇ ਫੇਰੀ ਬੱਚੇ ਆਉਣਗੇ ਉੱਥੇ ਕੇਅਰ ਨੂੰ ਐਡਰੈਸ ਕੀਤਾ ਜਾਵੇ ਕੇਅਰ ਨੂੰ ਤੁਸੀਂ ਦੇ ਆਨਸਰ ਸੁਣ ਲਓ 1 ਮਿੰਟ ਐਮਐਲਏ ਸਾਹਿਬ ਆਨਸਰ ਰਾਜਕੁਮਾਰ ਜੀ ਤੁਸੀਂ ਬੈਠੋ ਮੰਤਰੀ ਜੀ ਤੁਸੀਂ ਆਪਦਾ ਜਵਾਬ ਜਾਰੀ ਰੱਖੋ ਜੀ ਕਿਰਪਾ ਕਰਕੇ ਚੇਅਰ ਨੂੰ ਐਡਰੈਸ ਕੀਤਾ ਜਾਵੇ ਔਰ ਹਾਊਸ ਦਾ ਡੈਕੋਰਮ ਬਣਾ ਕੇ ਰੱਖਿਆ ਜਾਵੇ ਲੈਟ ਹਿਮ ਕੰਪਲੀਟ ਹਿਜ਼ ਆਨਸਰ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਤੁਹਾਨੂੰ ਕੀ ਚਾਹੀਦਾ ਜੀ ਸਰ ਮੈਂ ਪੂਰੇ ਜ਼ਿੰਮੇਦਾਰੀ ਨਾਲ ਇਹ ਕਹਿ ਰਿਹਾ ਐਸ ਸੂਨ ਐਸ ਸਾਡੀਆਂ 2 ਭਰਤੀਆਂ ਜੋ ਲਾਸਟ ਲੈਗ ਤੇ ਨੇ ਪੰਜਾਬ ਦੇ ਵਿੱਚ ਕੋਈ ਵੀ ਸਕੂਲ ਸਰ ਸਿੰਗਲ ਟੀਚਰ ਜਾਂ ਟੀਚਰਲੈਸ ਨਹੀਂ ਹੋਊਗਾ ਸਰ 10,000 ਤੋਂ ਵੱਧ ਆਲਮੋਸਟ 10,000 ਟੀਚਰਸ ਇਨ ਲੈਸ ਦੈਨ 24 ਮੰਥਸ 24 ਮਹੀਨਿਆਂ ਤੋਂ ਘੱਟ ਸਮੇਂ ਦੇ ਵਿੱਚ 10,000 ਟੀਚਰ ਸਰ ਭਰਤੀ ਹੋਏ ਨੇ ਸਰ ਇਸ ਸਿਸਟਮ 'ਚ ਐਡ ਆਨ ਹੋਏ ਨੇ ਸਰ ਇਸ ਤੋਂ ਇਲਾਵਾ ਜਿਵੇਂ ਮਾਨਯੋਗ ਵਿਧਾਇਕ ਸਾਹਿਬ ਨੇ ਪੁੱਛਿਆ ਸਰ ਮਾਸਟਰ ਕੈਡਰ ਦੀ 2019 ਦੀ ਰੇਟ ਲੱਗੀ ਹੋਈ ਸੀ
ਸਟੇ ਸੀਗਾ ਸਰ ਉਹਦੇ 'ਤੇ, ਤੁਸੀਂ ਪ੍ਰਮੋਸ਼ਨਾਂ ਨਹੀਂ ਕਰ ਸਕਦੇ ਸੀ ਸਰ। ਅਸੀਂ ਉਹ ਇੱਕ ਇੱਕ ਕੋਰਟ ਕੇਸ ਦਾ ਹੱਲ ਕਰਵਾ ਰਹੇ ਹਾਂ ਜੀ, ਉਹਨੂੰ ਹੱਲ ਕਰਵਾ ਕੇ ਸਰ ਕੋਰਟ ਨੇ ਕਿਹਾ ਇਹਨੂੰ ਰੱਦ ਕਰ ਦਿਉ, ਦੁਬਾਰਾ ਬਣਾਓ। ਉਹਦੀ ਸਰ 15/2/2023 ਨੂੰ ਫੈਸਲਾ ਆਇਆ ਸਰ। ਉਹ ਸਰ 40,000 ਬੰਦੇ ਦੀ ਸੀਨੀਓਰਿਟੀ ਸੂਚੀ ਹੈ, ਬਾਰ ਬਾਰ ਕੋਈ ਨਾ ਕੋਈ ਓਬਜੈਕਸ਼ਨ ਕਰਦਾ। ਜਿੱਦਾਂ ਹੀ ਉਹ ਕੰਪਲੀਟ ਹੁੰਦੀ ਹੈ ਸਰ ਪ੍ਰਮੋਸ਼ਨਸ ਹੋਣਗੀਆਂ, ਜਦੋਂ ਤੱਕ ਪ੍ਰਮੋਸ਼ਨਸ ਨਹੀਂ ਹੁੰਦੀਆਂ ਨਵੀਂ ਰਿਕਰੂਟਮੈਂਟ ਨਹੀਂ ਆ ਸਕਦੀ, ਪੋਸਟਾਂ ਨਹੀਂ ਪਤਾ। ਸਰ ਵੀ ਆਰ ਵਰਕਿੰਗ ਡੇ ਐਂਡ ਨਾਈਟ, ਸਾਡਾ ਸਾਰਾ ਮਹਿਕਮਾ, ਸਾਡੇ ਸਾਰੇ ਅਧਿਕਾਰੀ, ਸਾਡੇ ਸਾਰੇ ਕਰਮਚਾਰੀ, ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਤਾਂ ਕਿ ਪੰਜਾਬ ਸਿੱਖਿਆ ਸਾਡੇ ਲਈ ਸਭ ਤੋਂ ਅਹਿਮ ਹੈ। ਅਤੇ ਮੈਂ ਇਹ ਕੋਈ ਓਪੋਜੀਸ਼ਨ, ਇੱਕ ਸੈਕਿੰਡ ਵਿਧਾਇਕ ਸਾਹਿਬ, ਇੱਕ ਸੈਕਿੰਡ, ਇਹ ਸਰ ਕੋਈ ਨਹੀਂ, ਮੈਨੂੰ ਖੁਸ਼ੀ ਹੈ ਕਿ ਵੱਧ ਤੋਂ ਵੱਧ ਸਵਾਲ ਲੱਗਣ। ਅਸੀਂ ਤਾਂ, ਮੈਂ ਤਾਂ ਹੁਣ ਵੀ ਇਕੱਲਾ ਇੱਥੇ ਹੀ ਨਹੀਂ, ਕਦੀ ਵੀ ਅਪਰੋਚ ਕਰਨ ਜੀ, ਵੀ ਆਰ ਕਮਿਟਡ, ਅਸੀਂ ਪੰਜਾਬ ਦੇ ਹਰ ਇੱਕ ਸਕੂਲ ਦੇ ਲਈ ਜ਼ਿੰਮੇਦਾਰ ਹਾਂ। ਮੇਰਾ ਕੋਈ ਇਹਦੇ 'ਚ ਪਾਰਟੀ ਬਾਜ਼ੀ ਨਹੀਂ ਹੈ, ਨਾ ਤੁਹਾਡੇ 'ਤੇ ਦੋਸ਼ ਹੈ, ਨਾ ਸਾਡੇ, ਅਸੀਂ ਇਹ ਪੰਜਾਬ ਦੇ ਭਵਿੱਖ ਦੀ ਗੱਲ ਹੈ। ਅਤੇ ਅਗਰ ਇਹ, ਮੈਂ ਤਾਂ ਅੱਜ ਤੱਕ ਸਰ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਮਹਿਕਮੇ ਨੂੰ ਤਾਂ ਸਿਰਫ ਧਰਨੇ ਵਾਲਾ ਮਹਿਕਮਾ ਸਮਝਿਆ ਗਿਆ। ਮੈਂ ਤਾਂ ਹਰ ਪਲ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਇੰਨਾ ਪਾਵਨ ਪਵਿੱਤਰ ਮਹਿਕਮਾ ਮੈਨੂੰ ਮਿਲਿਆ। ਅਸੀਂ 24 ਘੰਟੇ, ਕੋਈ ਇਹਦੇ 'ਚ ਮੈਂ ਯਕੀਨ ਮੰਨਿਓ, ਦੇਰ ਇਜ਼ ਨੋ ਪੋਲੀਟਿਕਸ ਔਨ ਇਟ, ਵੀ ਆਰ ਕਮਿਟਡ ਟੂ ਇਟ। ਤੁਸੀਂ ਮੇਰੇ ਕੋਲ ਆ ਜਿਓ, ਜਿਹੜੇ 26 ਸਕੂਲ ਹੈ ਆਪਾਂ ਦੋਨੋਂ ਬੈਠ ਕੇ ਆਸ ਪਾਸ ਦੇ ਸਕੂਲਾਂ 'ਚੋਂ ਤੁਹਾਡੀ ਮਦਦ ਦੀ ਲੋੜ ਪੈਣੀ ਹੈ, ਕਿਉਂਕਿ ਅਗਰ ਮੈਂ ਜੀ ਐਡਜਸਟਮੈਂਟਸ ਕਰੂੰਗਾ ਨਾਲ ਹੀ ਪੋਲੀਟੀਕਲ ਪ੍ਰੈਸ਼ਰ ਆ ਜੂਗਾ ਜੀ, ਕਿਉਂ ਬਦਲੇ? ਤੁਸੀਂ ਆਓ, ਆਪਾਂ ਵਰਕਆਊਟ ਕਰਾਂਗੇ ਅੱਜ। ਮੈਂ ਨਾ ਆਪਾਂ ਹੁਣੀ ਬਹਿ ਜਾਂਦੇ ਕੁਐਸਚਨ ਆ।